ਸਤਿ ਸ਼੍ਰੀ ਅਕਾਲ ਕਲਿਆਣ ਟੀ ਵੀ ਪੰਜਾਬ ਵੇਖ ਰਹੇ ਹੋ ਤੁਸੀਂ ਅਤੇ ਬਠਿੰਡਾ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ ਹੋਇਆ ਇੱਕ ਨੌਜਵਾਨ ਜਿਸਨੂੰ ਕਿ ਗਸ਼ਤ ਦੇ ਦੌਰਾਨ ਕਾਬੂ ਕੀਤਾ ਗਿਆ ਅਤੇ ਚੈਕਿੰਗ ਦੇ ਦੌਰਾਨ ਇਸਦੇ ਕੋਲੋਂ 500 ਗ੍ਰਾਮ ਯਾਨੀ ਕਿ ਅੱਧਾ ਕਿਲੋ ਦੇ ਕਰੀਬ ਜਿਹੜੀ ਅਫੀਮ ਹੈ ਉਹ ਬਰਾਮਦ ਕੀਤੀ ਗਈ ਅਤੇ ਪੁਲਿਸ ਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਕੇਸ ਦਰਜ ਕਰ ਲਿਆ ਗਿਆ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਕਹਿਣਾ ਕਿ ਇੱਕ ਵਿਅਕਤੀ 'ਤੇ ਕੇਸ ਦਰਜ ਕੀਤਾ ਗਿਆ SHO ਥਾਣਾ ਸੰਗਤ ਜਿਨ੍ਹਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਗਸ਼ਤ ਦੇ ਦੌਰਾਨ ਇਸ ਨੌਜਵਾਨ ਨੂੰ ਜਦ ਰੋਕਿਆ ਗਿਆ ਅਤੇ ਤਲਾਸ਼ੀ ਲਈ ਗਈ ਹੈ ਤਾਂ ਇਸਦੇ ਕੋਲੋਂ ਅੱਧਾ ਕਿਲੋ ਦੇ ਕਰੀਬ ਅਫੀਮ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਹੈ ਅਤੇ ਹੁਣ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਲਈ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਿਰ ਕਦ ਤੋਂ ਇਸਦੇ ਵੱਲੋਂ ਇਹ ਜਿਹੜਾ ਕੰਮ ਹੈ ਉਹ ਕੀਤਾ ਜਾ ਰਿਹਾ ਅਤੇ ਕੌਣ ਕੌਣ ਇਸਦੇ ਨਾਲ ਨੇ ਅਤੇ ਇਸ ਮਾਮਲੇ ਦੇ ਵਿੱਚ ਕਿੱਥੋਂ ਇਹ ਨਸ਼ਾ ਲੈ ਕੇ ਆਇਆ ਸੀ, ਕਿੱਥੋਂ ਇਸਦੇ ਵੱਲੋਂ ਸਪਲਾਈ ਕੀਤੀ ਜਾਣੀ ਸੀ, ਇਸ ਨੂੰ ਲੈ ਕੇ ਜਾਣਕਾਰੀ ਜਿਹੜੀ ਹੈ ਉਹ ਹਾਸਲ ਕੀਤੀ ਜਾਵੇਗੀ। ਇਹਦੇ ਵਿੱਚ ਅਸੀਂ ਇੱਕ FIR ਰਜਿਸਟਰ ਕੀਤੀ ਹੈ, FIR ਨੰਬਰ 79 ਮਿਤੀ 4/8/2024 ਨੂੰ ਅੰਡਰ ਸੈਕਸ਼ਨ 18B-61 ATPH ਐਕਟ ਥਾਣਾ ਸੰਗਤ, ਜਿਹਦੇ ਵਿੱਚ ਅਸੀਂ ਪਰਮਜੀਤ ਉਰਫ ਪੰਮਾ ਸਨ ਆਫ ਜਸਵੀਰ ਸਿੰਘ ਵਾਰਡ ਨੰਬਰ 2 ਗੁਰੂ ਨਾਨਕ ਬਸਤੀ ਭਿੱਖੀ ਦਾ ਰਹਿਣ ਵਾਲਾ ਜੋ ਜਿਹੜਾ ਡਿਸਟ੍ਰਿਕਟ ਮਾਨਸਾ ਦੇ ਵਿੱਚ ਪੈਂਦਾ, ਇਹਦੇ ਤੋਂ ਅਸੀਂ ਦੌਰਾਨੇ ਗਸ਼ਤ ਵਿਲੇਜ ਜੋਗੇਵਾਲਾ ਦੇ ਨੇੜੇ ਜੋ ਕਿ ਸਾਡੀ ਚੌਂਕੀ ਪਤਾਲਾ ਦੇ ਅਧੀਨ ਪੈਂਦਾ, ਇਹਨੂੰ ਅਸੀਂ ਦੌਰਾਨੇ ਗਸ਼ਤ ਕਾਬੂ ਕਰਕੇ ਇਹਦੇ ਤੋਂ 500 ਗ੍ਰਾਮ ਅਫੀਮ, ਤਕਰੀਬਨ ਅੱਧਾ ਕਿਲੋ ਅਫੀਮ ਇਹਦੇ ਤੋਂ ਬਰਾਮਦ ਕੀਤੀ ਹੈ। ਅੱਗੇ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਜੋ ਵੀ ਮਾਣਯੋਗ ਅਦਾਲਤ ਤੋਂ ਇਹਦਾ ਰਿਮਾਂਡ ਲਿਆ ਜਾ ਰਿਹਾ।